ਬਾਰਿਸ਼ ਜਿਹੜੀ ਨਾ ਸ਼ੁਰੂ ਹੋ ਗਈ ਹੈ। ਮਾਸ਼ਾਅੱਲਾ ਮੌਸਮ ਜਿਹੜਾ ਨਾ ਬੜਾ ਹੀ ਪਿਆਰਾ ਬਣਿਆ, ਬੱਦਲ ਜਿਹੜੇ ਨਾ ਕਾਫੀ ਬਣੇ ਹੋਏ, ਅੱਜ ਵੀ ਜਿਹੜੇ ਨਾ ਕਾਫੀ ਬੱਦਲ ਜਿਹੜੇ ਨਾ ਰਹਿਣ, ਤੇ ਮੈਨੂੰ ਜਿਹੜੀ ਨਾ ਪਰੇਸ਼ਾਨੀ ਬਣੀ ਖਲੋਤੀ, ਜਹਾਜ਼ ਜੋ ਹੈ ਸਬਜ਼ੀ ਲੈਣ, ਤੇ ਬਾਰਿਸ਼ ਜਿਹੜੀ ਨਾ ਰਾਹ 'ਚ ਆ ਗਈ ਹੋਣੀ ਹੈ। ਅੱਲਾ ਪਾਕ ਉਹਨੂੰ ਸਲਾਮਤ ਰੱਖੇ, ਸ਼ਰੀਅਤ ਨੇ ਜਿਹੜਾ ਨਾ ਲੈ, ਬਹੁਤ ਹੀ ਜ਼ਿਆਦਾ ਜਿਹੜਾ ਨਾ ਪਰੇਸ਼ਾਨ ਹੋਈ ਖਲੀ ਹੈ ਵੀ ਸਬਜ਼ੀ ਜਿਹੜੀ ਉਹਨੂੰ ਕਹਿੰਦੀ ਸੀ ਰਹਿਣ ਦੇ। ਹਾਂਜੀ, ਤੇ ਘਰ ਵਾਪਸ ਜਿਹੜੇ ਨਾ ਮੈਂ ਆ ਗਏ, ਔਰ ਬਾਰਿਸ਼ ਮੈਨੂੰ ਜਿਹੜੀ ਨਾ ਸ਼ਹਿਰ ਪਹੁੰਚ ਕੇ ਜਿਹੜੇ ਨਾ ਆਈ ਸੀ, ਪਰ ਮੋਬਾਈਲ ਜਿਹੜਾ ਨਾ ਫਿਰ ਮੈਂ ਘਰੇ ਰੱਖ ਗਿਆ, ਵਲਾਗ ਕੋਈ ਨਹੀਂ ਬਣਾ ਸਕਿਆ, ਦੁਕਾਨ ਦਾ ਜਿਹੜਾ ਸਮਾਨ ਖਤਮ ਹੋਇਆ ਸੀ, ਸਰਫ ਜਿਹੜੇ ਨਾ 10 ਰੁਪਏ ਵਾਲੇ ਰਵਾ ਤੇ ਸਾਬਤ ਚਣੇ ਜਿਹੜੇ ਨੇ ਖਤਮ ਹੋਏ ਸੀ, ਰਹਿ ਵਾਲੀ ਜਿਹੜੀ ਛੋਟੀ ਸੇਵੀਆਂ ਥੈਲੀ ਜਿਹੜੀ ਨੇ ਖਤਮ ਹੋਈ, ਸਬਜ਼ੀ ਜਿਹੜੀ ਨਾ ਕਿਸਮਤ ਸਾਡੀ। ਬਿਸਮਿਲ੍ਲਾ ਰਹਿਮਾਨ ਰਹੀਮ, ਅਸਲਾਮ ਅਲੈਕੁਮ। ਦੁਆ ਕਰਨਾ ਮੇਰੇ ਤਮਾਮ ਭੈਣ ਵੀਰ ਜਿੱਥੇ ਰਹਿਣ, ਖੁਸ਼ ਰਹਿਣ, ਬਾਦ ਰਹਿਣ, ਹਮੇਸ਼ਾ ਹੱਸਦੇ ਮੁਸਕਰਾਉਂਦੇ ਰਹਿਣ। ਔਰ ਅੱਜ ਇਧਰਲੀ ਸਾਈਡ ਤੋਂ ਜਿਹੜੀ ਨਾ ਸਾਰੀ ਸਾਫ਼ ਸਫਾਈ ਜਿਹੜੀ ਨਾ ਹੋ ਗਈ ਆ ਮੁਕੰਮਲ, ਕਿਉਂਕਿ ਅੱਜ ਦੁਪਹਿਰ ਟਾਈਮ ਜਿਹੜਾ ਕਿਚਨ ਦੀ ਸਾਰੀ ਜਿਹੜੀ ਸਾਫ਼ ਸਫਾਈ ਕੀਤੀ, ਔਰ ਇਸ ਜਗ੍ਹਾ ਦੀ ਜਿਹੜੀ ਨਾ ਸਾਰੀ ਸਾਫ਼ ਸਫਾਈ ਕੀਤੀ, ਔਰ ਬੱਦਲ ਜਿਹੜਾ ਨਾ ਆ ਗਿਆ ਕਾਫੀ ਸਾਰਾ, ਔਰ ਆਵਾਜ਼ਾਂ ਕਰ ਰਿਹਾ, ਔਰ ਬਾਰਿਸ਼ ਜਿਹੜੀ ਨਾ ਕਨਫਰਮ ਆਵੇਗੀ। ਔਰ ਮੈਂ ਸ਼ਹਿਰ ਵੀ ਜਾਣਾ ਜਾ ਰਿਹਾ ਸੀ ਸਬਜ਼ੀ ਜਿਹੜੀ ਨਾ ਲੈਣ ਵਾਸਤੇ, ਦੂਸਰਾ ਦਿਨ ਆ ਸਬਜ਼ੀ ਜਿਹੜੀ ਬਣਾਈ, ਕਿ ਪਿੰਡ 'ਚ ਪਤਾ ਕੀਤਾ ਸਬਜ਼ੀ ਜਿਹੜੀ ਨਾ ਕੋਈ ਨਹੀਂ ਮਿਲੀ ਆ, ਮੈਂ ਆਖਿਆ ਤਾਂ ਚੌਂਕ ਜਿਹੜੇ ਨਾ ਫੜ ਲੈਂਦੇ ਹਾਂ, ਅਤੇ ਪਹਿਲੇ ਜਿਹੜੇ ਨਾ ਮੈਂ ਪਲੇਟ ਲਾ ਕੇ ਜਿਹੜੀ ਨਾ ਥੱਲੇ ਰੱਖ ਲਵਾਂ, ਸਹੀ ਹੈ ਨਾ? ਮੈਂ ਪਲੇਟ ਲਾ ਲਵਾਂ ਸਭ ਤੋਂ ਪਹਿਲੇ, ਠੀਕ ਹੈ ਨਾ? ਔਰ ਮੈਂ ਜਿਹੜੇ ਨਾ ਕਮਰੇ ਦੇ ਉੱਪਰੋਂ ਜਿਹੜੇ ਨਾ ਪਲੇਟ ਜਿਹੜੀ ਨਾ ਲਾ ਲਵਾਂ ਛੱਤ, ਤਾਂ ਕਿ ਜਿਹੜੇ ਨਾ ਬਾਅਦ ਫਿਰ ਪਰੇਸ਼ਾਨੀ ਨਾ ਬਣੇ। ਇਨਸ਼ਾਅੱਲਾ ਇੱਕ ਦਿਨ ਜਿਹੜੀ ਨਾ ਪੌੜੀ ਬਣ ਜਾਵੇਗੀ ਨਾ ਪਰੇਸ਼ਾਨੀ ਜਿਹੜੀ ਨਾ ਖਤਮ ਹੋਵੇਗੀ, ਕਿਉਂਕਿ ਪਹਿਲਾਂ ਮੈਂ ਪੈਰ ਰੱਖਣ ਲੱਗਿਆ ਪੌੜੀ ਜਿਹੜੀ ਨਾ ਇੱਧਰ ਡਿੱਗਣ ਲੱਗੀ ਆ, ਫਿਰ ਜਿਹੜਾ ਆਰਾਮ ਸਕੂਨ ਨਾਲ ਥੱਲੇ ਜਿਹੜੇ ਨਾ ਮੈਂ ਆਇਆ, ਔਰ ਉਹਦੇ ਕਮਰੇ ਜਿਹੜੇ ਨਾਲ ਰੱਖੇ ਹੋਏ ਬੇਗਾਂ ਵੀ ਜਿਹੜੇ ਨਾ ਸਾਰੇ ਤੋੜੇ ਜਿਹੜੇ ਨਾ ਕੁੰਜ ਕੇ ਜਿਹੜੇ ਅੰਦਰ ਜਿਹੜੇ ਨਾ ਕਿਚਨ ਨੇ ਜਿਹੜੇ ਨਾ ਰੱਖ ਰਹੀ ਆ, ਤਾਂ ਕਿ ਜਿਹੜੇ ਨਾ ਬਾਰਿਸ਼ ਤੋਂ ਪਹਿਲਾਂ ਥੱਲੇ ਜਿਹੜੇ ਨਾ ਅੰਦਰ ਜਿਹੜੇ ਨਾ ਰੱਖ ਲਿਆ। ਮੀਂਹ ਆ ਰਿਹਾ, ਹਾਂ ਨਜਾਬ ਫਾਤਮਾ ਬੜੀ ਖੁਸ਼ ਹੋ ਰਹੀ ਹੈ ਮੀਂਹ ਆਵਣ ਤੇ, ਕਿਉਂਕਿ ਗਰਮੀ ਵੀ ਜਿਹੜੀ ਨਾ ਕਾਫੀ ਸਾਰੀ ਜਿਹੜੀ ਨਾ ਪੈ ਰਹੀ ਹੈ, ਹੁਣ ਬੱਦਲ ਨੂੰ ਜਿਹੜਾ ਮੈਂ ਵੀ ਦੇਖ ਲਵਾਂ, ਔਰ ਸਬਜ਼ੀ ਦਾ ਜਿਹੜਾ ਨਾ ਪਤਾ ਕਰ ਰਿਹਾ ਵਾਂ, ਪਿੰਡ ਕੋਈ ਨਹੀਂ, ਮੈਂ ਤਾਂ ਕਹਿੰਦਾ ਚੌਂਕ ਤੂੰ ਜਿਹੜਾ ਸਬਜ਼ੀ ਨੂੰ ਪਤਾ ਕਰ ਮਨਾ, ਸਹੀ ਨਹੀਂ? ਬੱਦਲ ਤਾਂ ਕਾਫੀ ਸਾਰਾ, ਹਾਂ ਪੰਪ ਜਿਹੜਾ ਸਭ ਤੋਂ ਪਹਿਲੇ ਜਿਹੜਾ ਇਹ ਕਾਜ ਲਵਾਂ, ਪੰਪ ਦੇ ਉੱਪਰ ਜਿਹੜਾ ਛਾਪਰ ਜਿਹੜਾ ਉਹ ਦੇਣਾ, ਹੋਰ ਉੱਧਰ ਜਿਹੜਾ ਲਾਜ਼ਮੀ ਆ, ਕਿਉਂਕਿ ਦੂਸਰਾ ਤੀਸਰਾ ਦਿਨ ਸਬਜ਼ੀ ਜਿਹੜੀ ਨਾ ਕੋਈ ਨਹੀਂ ਬਣੀ। ਹਾਂ ਤੂੰ ਮੀਂਹ ਲਿਆ ਕੇ ਖਲੋਣਾ ਐਵੇਂ ਨਾ, ਹਾਂ ਨਾ ਨਾ ਆਣ ਦੇ ਬਾਰਿਸ਼ ਆ, ਕਹਿ ਬਾਰਿਸ਼ ਆ ਜਾਏ, ਬਾਰਿਸ਼ ਆ ਜਾਏ, ਕਿਤਨੀ ਬਾਰਿਸ਼ ਆਣੇ, ਦੋ ਆਵੇ, ਕੋਈ ਸ਼ਾਇ ਪੁੱਛੋ ਤਾਂ ਦੀ ਦੋ ਬਾਰਿਸ਼ ਕਿਤਨੀ ਆਣੀ। ਚਲ ਠੀਕ ਹੈ, ਸਾਰੀ ਚੀਜ਼ਾਂ ਜਿਹੜੀ ਨਾ ਕੋਈ, ਤਾਂ ਮੈਂ ਜਿਹੜੀ ਨਾ ਮੋਟਰ ਜਿਹੜੀ ਨਾ ਪਹਿਲੇ ਕਾਜ ਲਵਾਂ।
ਹਾਂਜੀ ਤੇ ਪੰਪ ਜਿਹੜਾ ਨਾ ਕੱਜ ਲਿਆ ਉੱਪਰ ਜਿਹੜਾ ਛਾਪਰ ਦੇ ਦਿੱਤਾ ਔਰ ਸਾਈਡਾਂ 'ਤੇ ਜਿਹੜੀਆਂ ਇੱਟਾਂ ਰੱਖਤੀਆਂ ਤਾਂ ਕਿ ਜਿਹੜਾ ਹਵਾ ਨਾਲ ਛਾਪਰ ਜਿਹੜਾ ਨਾ ਉੱਡੇ। ਹੁਣ ਚੱਲ ਕੇ ਜਿਹੜਾ ਬਾਹਰਲੇ ਤੰਦੂਰ ਜਿਹੜਾ ਉਹ ਕੱਜ ਲਵੀ ਕਿਉਂਕਿ ਮੈਂ ਜਿਹੜਾ ਪਹਿਲੀ ਸਾਈਡ 'ਤੇ ਜਿਹੜਾ ਰੱਖੇ ਥੱਲੇ ਲਾ ਕੇ ਹੈ ਨਹੀਂ ਕੋਈ ਨਹੀਂ, ਐਵੇਂ ਜਿਹੜਾ ਹੇਠ ਉੱਪਰ ਜਿਹੜਾ ਤੰਦੂਰ ਪਏ ਹੋਣ ਨਾ ਅਤੇ ਉਹਨਾਂ ਦੇ ਉੱਪਰ ਜਿਹੜਾ ਛਾਪਰ ਦੇ ਲਈਏ ਸੋਰੀ ਤੌਰ ਕਿਉਂਕਿ ਬਾਹਰ ਦੇ ਜਿਹੜਾ ਹਵਾ ਚੱਲ ਗਈ ਨਾ ਅਤੇ ਫਿਰ ਜਿਹੜਾ ਛਾਪਰ ਹਵਾ ਜਿਹੜਾ ਕੰਟਰੋਲ ਹੀ ਨਹੀਂ ਹੁੰਦਾ। ਮਾਸ਼ਾਅੱਲਾ ਜਿਹੜਾ ਨਾ ਬਾਰਿਸ਼ ਜਿਹੜੀ ਨਾ ਹੋ ਰਹੀ ਹੈ ਅਤੇ ਜਾਗ ਵੀ ਜੋ ਹੈ ਸਬਜ਼ੀ ਲੈਣ ਅੱਲਾ ਪਾਕ ਜਿਹੜਾ ਨਾ ਖੈਰੀਅਤ ਨਾਲ ਲਾਇਆ ਹੋਵੇ ਅਤੇ ਬਾਰਿਸ਼ ਜਿਹੜੀ ਨਾ ਬਹੁਤ ਹੀ ਜ਼ਿਆਦਾ ਜਿਹੜੀ ਨਾ ਤੇਜ਼ ਹੋ ਗਈ ਹੈ, ਅੱਲਾ ਪਾਕ ਹਰ ਤੇ ਕਰਮ ਕਰਾਮਤ ਕਰੇ। ਮਾਸ਼ਾਅੱਲਾ ਮੌਸਮ ਤਾਂ ਬੜਾ ਪਿਆਰਾ ਬਣਿਆ ਹੋਇਆ, ਪਰ ਮੈਨੂੰ ਥੋੜ੍ਹੀ ਫਿਕਰ ਹੋ ਰਹੀ ਹੈ ਜਹਾਜ਼ ਵੀ ਜਹਾਜ਼ ਜਿਹੜਾ ਨਾ ਜੋ ਹੈ ਸ਼ਾਇਦ ਬਾਰਿਸ਼ ਜਿਹੜੀ ਨਾ ਸ਼ੁਰੂ ਹੋ ਗਈ ਹੈ। ਮਾਸ਼ਾਅੱਲਾ ਮੌਸਮ ਜਿਹੜਾ ਨਾ ਬੜਾ ਹੀ ਪਿਆਰਾ ਬਣਿਆ, ਬੱਦਲ ਜਿਹੜੇ ਨਾ ਕਾਫੀ ਬੜੇ ਹੋਏ, ਅੱਜ ਵੀ ਜਿਹੜੇ ਨਾ ਕਾਫੀ ਬੱਦਲ ਜਿਹੜੇ ਨੇ ਰਹਿਣ ਅਤੇ ਮੈਨੂੰ ਜਿਹੜੀ ਨਾ ਪਰੇਸ਼ਾਨੀ ਬਣੀ ਖਲੋਤੀ ਜਹਾਜ਼ ਵੀ ਜਹਾਜ਼ ਜੋ ਹੈ ਸਬਜ਼ੀ ਲੈਣ ਅਤੇ ਬਾਰਿਸ਼ ਜਿਹੜੀ ਨਾ ਰਾਹ 'ਚ ਆ ਗਈ ਹੋਣੀ ਹੈ। ਅੱਲਾ ਪਾਕ ਉਹਨੂੰ ਸਲਾਮਤ ਰੱਖੇ, ਖੈਰੀਅਤ ਨੇ ਜਿਹੜਾ ਨਾ ਲੈ ਰਹੇ ਬਹੁਤ ਹੀ ਜ਼ਿਆਦਾ ਜਿਹੜਾ ਨਾ ਪਰੇਸ਼ਾਨ ਹੋਈ ਖਲੀ ਹੈ ਵੀ ਸਬਜ਼ੀ ਜਿਹੜੀ ਉਹਨੂੰ ਕਹਿਣੀ ਸੀ ਰਹਿਣ ਦੇ, ਬਹੁਤ ਹੀ ਜ਼ਿਆਦਾ ਨਾ ਬਾਰਿਸ਼ ਹੋ ਰਹੀ, ਮੌਸਮ ਬਾਹਰ ਜਿਹੜਾ ਨਾ ਮਾਸ਼ਾਅੱਲਾ ਠੰਡਾ ਹੋ ਜਾਵੇਗਾ। ਹਾਂਜੀ ਤੇ ਘਰ ਵਾਪਸ ਜਿਹੜਾ ਮੈਂ ਆ ਗਿਆ ਔਰ ਬਾਰਿਸ਼ ਮੈਨੂੰ ਜਿਹੜੇ ਸ਼ਹਿਰ ਪਹੁੰਚ ਕੇ ਜਿਹੜਾ ਆਈ ਸੀ, ਪਰ ਮੋਬਾਈਲ ਜਿਹੜਾ ਫਿਰ ਮੈਂ ਘਰੇ ਰੱਖ ਗਿਆ, ਵਲਾਗ ਕੋਈ ਨਹੀਂ ਬਣਾ ਸਕਿਆ, ਦੁਕਾਨ ਦਾ ਜਿਹੜਾ ਸਮਾਨ ਖਤਮ ਹੋਇਆ ਹੋਇਆ ਸੀ, ਸਰਫ ਜਿਹੜਾ 10 ਰੁਪਏ ਵਾਲੇ ਰਵਾ ਅਤੇ ਸਾਬਤ ਚਣੇ ਜਿਹੜੇ ਖਤਮ ਹੋਏ ਸੀ, ਔਰ ਇਹ ਵਾਲੀ ਜਿਹੜੀ ਛੋਟੀ ਸੇਵੀਆਂ ਥੈਲੀ ਜਿਹੜੀ ਖਤਮ ਹੋਈ, ਸਬਜ਼ੀ ਜਿਹੜਾ ਕਿਸਮਤ ਸਾਡੀ ਫਿਰ ਜਿਹੜੀ ਸ਼ਹਿਰ ਹੋਈ ਜਿਹੜਾ ਕੋਈ ਮਿਲੀ, ਆਲੂ ਮਿਲੇ ਨੇ, ਆਲੂ ਪਏ ਅਤੇ ਆਲੂ ਪਹਿਲੇ ਜਿਹੜੇ ਘਰੇ ਪਏ ਸੀ, ਮੈਂ ਸੋਚ ਰਿਹਾ ਕਿ ਅੱਜ ਜਿਹੜਾ ਦਾਲ ਚਣੇ ਜਾਂ ਦਾਲ ਮੂੰਗੀ ਜਿਹੜਾ ਉਹ ਪਕਾ ਲਵਾਂਗੇ, ਔਰ ਸੌਦਾ ਜਿਹੜਾ ਜ਼ਰੂਰੀ ਸੀ, ਮੈਂ ਜਿਹੜਾ ਫਿਰ 2000 ਦਾ ਜਿਹੜਾ ਦੁਕਾਨ ਦਾ ਸਮਾਨ ਲੈ ਕੇ ਆ ਗਿਆ। ਮਾਸ਼ਾਅੱਲਾ ਮੌਸਮ ਜਿਹੜਾ ਬੜਾ ਹੀ ਪਿਆਰਾ ਜਿਹੜਾ ਬਣ ਗਿਆ ਔਰ ਠੰਡੀ ਹਵਾ ਜਿਹੜਾ ਚੱਲ ਰਹੀ ਆ, ਔਰ ਮਹਿਮਾਨ ਹੀ ਜਿਹੜਾ ਸਾਡੇ ਲਾਇਆ ਸੀ, ਲੇਕਿਨ ਹੁਣ ਬਾਈ ਹੋਰੀ ਜਿਹੜਾ ਘਰ ਵਾਪਸ ਹੀ ਜਿਹੜੇ ਜਾ ਰਹੇ। ਬਾਰਿਸ਼ ਤੁਹਾਡੇ ਵਾਲੀ ਸਾਈਡ ਵੱਲ ਦੱਸੋ, ਪਰ ਮੈਂ ਜਿਹੜਾ ਸ਼ਹਿਰ ਗਿਆ ਮੈਨੂੰ ਪਤਾ ਕਾਫੀ ਜਿਹੜਾ ਬਾਰਿਸ਼ ਆਈ ਹੈ, ਹਾਂ ਬਰਾਬਰ ਹੀ ਆਈ, ਹਾਂ ਇਹ ਫਾਇਦਾ ਹੋ ਗਿਆ ਕਿ ਕੱਟਾ ਜਿਹੜਾ ਕਾਫੀ ਸਾਰਾ ਜਿਹੜਾ ਬਹਿ ਗਿਆ, ਸਭ ਨੂੰ 2 ਦਿਨ ਮੈਨੂੰ ਪਾਣੀ ਛਿੜਕਣ ਦੀ ਜ਼ਰੂਰਤ ਜਿਹੜਾ ਕੋਈ ਨਹੀਂ, ਹਾਂ ਮੌਸਮ ਠੰਡਾ ਹੀ ਹੋ ਗਿਆ ਔਰ ਗੱਟੇ ਮਿੱਟੀ ਤੋਂ ਜਿਹੜਾ 2 ਕੁ ਦਿਨ ਮੈਨੂੰ ਜਿਹੜਾ ਆਰਾਮ ਹੋ ਗਿਆ। ਮੈਂ ਵੀ ਕਈ ਜਿਹੜਾ ਚੱਕ ਲਈ, ਸਭ ਤੋਂ ਪਹਿਲੇ ਜਿਹੜੀ ਮਿੱਟੀ ਦੀ ਜਿਹੜੀ ਕੋ 10-12 ਰੇੜੀਆਂ ਜਿਹੜੀਆਂ ਪਰਾਂ ਸੱਟ ਲੈਣਾ, ਉਸ ਤੋਂ ਬਾਅਦ ਜਿਹੜਾ ਤੰਦੂਰਾਂ ਵਾਸਤੇ ਮਿੱਟੀ ਜਿਹੜੀ ਨਾ ਕੁੱਟ ਕੇ ਉਹ ਵੀ ਬੇਣੀ ਆ, ਔਰ ਗਾਰਡਨ ਨੂੰ ਫਿਲਹਾਲ ਪਾਣੀ ਦੇਣ ਦੀ ਜ਼ਰੂਰਤ ਕੋਈ ਨਹੀਂ ਆ,
ਬਾਰਿਸ਼ ਜਿਹੜੀ ਨਾ ਆ ਗਈ ਆ ਨਾ ਸਵੇਰੇ ਜਿਹੜੇ ਨਾ ਪਾਣੀ ਜਿਹੜੇ ਨਾ ਲਾ ਲਵਾਂਗੇ। ਔਰ ਮੈਂ ਮੌਸਮੀਆਂ ਨੂੰ ਦੇਖ ਕੇ ਬਹੁਤ ਹੀ ਜ਼ਿਆਦਾ ਜਿਹੜੇ ਨਾ ਖੁਸ਼ ਹੋ ਰਿਹਾ, ਕਿਉਂਕਿ ਹੁਣ ਜਿਹੜੇ ਨਾ ਗਰੋ ਕਰ ਰਹੇ ਨੇ ਬਹੁਤ ਜ਼ਿਆਦਾ, ਕਿਉਂਕਿ ਕਾਫੀ ਵੱਡੇ ਵੱਡੇ ਜਿਹੜੇ ਨਾ ਪੀਸ ਜਿਹੜੇ ਨਾ ਮੌਸਮੀਆਂ ਦੇ ਹੋ ਗਏ ਨੇ। ਐਵੇਂ ਜਿਹੜੇ ਨਾ ਬੂਟੇ ਫੁੱਲ ਜਿਹੜੇ ਨਾ ਭਰੇ ਹੋਏ ਹੋਣਗੇ ਅਗਲੇ ਸਾਲ ਇਨਸ਼ਾਅੱਲਾ, ਔਰ ਘਰ ਦਾ ਜਿਹੜੇ ਨਾ ਫਰੂਟ ਹੋਵੇਗਾ, ਕਿਉਂਕਿ ਜਿੰਨੇ ਤਾਂ ਪੀਸ ਵੈਸੇ ਜਿਹੜੇ ਲੱਗਦੇ ਨੇ 100 ਦਾਣੇ ਤੋਂ ਜਿਹੜੇ ਨਾ ਜ਼ਿਆਦਾ ਲੱਗਿਆ ਸੀ, ਬਸ 8-9 ਹੀ ਜਿਹੜੇ ਨਾ ਕਾਮਯਾਬ ਹੋਏ ਨੇ। ਲੇਕਿਨ ਅਗਲੇ ਸਾਲ ਜਿਹੜੇ ਨਾ ਇਨਸ਼ਾਅੱਲਾ ਜਿਹੜੇ ਨਾ ਸਾਰੇ ਹੀ ਜਿਹੜੇ ਨਾ ਕੋਸ਼ਿਸ਼ ਕਰਨੀ ਫਲ ਜਿਹੜੇ ਨਾ ਕਾਮਯਾਬ ਸਾਰੇ ਬੂਟਿਆਂ ਦਾ ਹੋਵੇ, ਫਿਰ ਆਸਤਾ ਆਸਤਾ ਜਿਹੜੇ ਨਾ ਠੀਕ ਹੁੰਦੇ ਨੇ। ਜਿਵੇਂ ਕਿ ਹੁਣ ਆ ਖੁਰਾਕ ਦੀ ਵਜ੍ਹਾ ਨਾਲ ਜਿਹੜੇ ਹੁੰਦਾ ਨਾ ਮਰਚਾਂ ਜਿਹੜੀਆਂ ਨਾ ਹੁਣ ਬੂਰ ਜਿਹੇ ਲਵੇ, ਕਿਉਂਕਿ ਪਹਿਲੇ ਜਿਹੜੇ ਨਾ ਪਾਣੀ ਦੀ ਕਮੀ ਹੋਣ ਦੀ ਵਜ੍ਹਾ ਨਾਲ ਅੱਗੇ ਤਾਂ ਪਹਿਲੇ ਸਾਲਾਂ ਦੀ ਜਿਹੜੀ ਸਾਡੀ ਮਰਚਾਂ ਬਣੀਆਂ ਰਹਿੰਦੀਆਂ ਸੀ, ਲੇਕਿਨ ਹੁਣ ਫਿਰ ਜਿਹੜੇ ਫੋਟੋ 'ਚ ਆ ਰਹੀਆਂ ਸਾਲਾਂ ਦੀਆਂ ਹੁਣ ਬਣੀਆਂ ਰਹੀਆਂ ਕਰਨਗੀਆਂ ਫਿਰ। ਉਹ ਟਮਾਟਰ ਕੱਲ੍ਹ ਜਿਹੜੇ ਮੈਂ ਤੋੜ ਲਏ ਸੀ ਤਕਰੀਬਨ ਜਿਹੜੇ ਨਾ 6 ਕਾਣ ਟਮਾਟਰ ਜਿਹੜੇ ਨਾ ਮੈਂ ਤੋੜ ਲਿਆ, ਔਰ 1-2 ਜਿਹੜੇ ਨਾ ਹੋਰ ਲਾਲ ਹੋਏ ਖੁੱਤੇ ਨੇ, ਫਿਲਹਾਲ ਹੁਣ ਜਿਹੜੇ ਨਾ ਮੈਂ ਤੋੜੂ ਕੋਈ ਨਹੀਂ, ਸਵੇਰੇ ਜਿਹੜੇ ਤੋੜ ਲਵਾਂਗੇ। ਪਹਿਲੇ ਜਿਹੜੇ ਫਰਿੱਜ ਪਏ ਨੇ, ਅੱਜ ਦਾ ਵੀ ਸਾਲਣ ਜਿਹੜੇ ਨਾ ਬਣੇਗਾ ਸਵੇਰੇ ਦਾ ਵੀ, ਅਤੇ ਪਰਸੋਂ ਦਾ ਫਿਰ ਜਿਹੜੇ ਨਾ ਤੋੜ ਲਵਾਂਗੇ, ਔਰ ਪੰਪ ਵਾਲੇ ਛੱਪਰ 'ਚ ਜਿਹੜੇ ਨਾ ਪਾਣੀ ਲਾ ਲਈਏ। ਔਰ ਹੁਣ ਮੌਸਮ ਜਿਹੜੇ ਨਾ ਸਾਫ਼ ਹੋ ਗਿਆ, ਚਲੋ ਠੰਡਾ ਮੌਸਮ ਵੈਸੇ ਜਿਹੜੇ ਨਾ ਹੋ ਗਿਆ, ਬਿਲਕੁਲ ਗਰਮੀ ਵਗੈਰਾ ਜਿਹੜੀ ਨਾ ਕੋਈ ਨਹੀਂ ਆ, ਰੇੜੀ ਚਾਹੁੰਦੇ ਹਾਂ ਔਰ ਮਿੱਟੀ ਜਿਹੜੀ ਨਾ ਉੱਥੇ ਜਿਹੜੀ ਨਾ ਸਿੱਟਣੀ ਜਿਹੜੀ ਨਾ ਸ਼ੁਰੂ ਕਰਨੇ ਹਾਂ, ਜਿੰਨੀ ਕੁ ਹੁੰਡ ਹੋਊਗੀ, ਬਾਕੀ ਜਿਹੜੇ ਨਾ ਸਵੇਰੇ ਜਿਹੜੀ ਨਾ ਸਾਫ਼ ਸਫਾਈ ਕਰਾਂਗੇ। ਔਰ ਇਸ ਸੰਦ ਜਿਵੇਂ ਕਿ ਇਸ ਸੰਦ ਆ ਸਾਫ਼ ਸਫਾਈ ਹੋਈ ਨਾ, ਐਵੇਂ ਹੀ ਜਿਹੜੇ ਨਾ ਇਸ ਸੰਦ ਵੀ ਜਿਹੜੇ ਨਾ ਸਾਰੇ ਸਾਫ਼ ਸਫਾਈ ਕਰ ਲੈਣੀ, ਇਸ ਤੋਂ ਪਹਿਲਾਂ ਜਿਹੜੇ ਨਾ ਸਾਰਾ ਕਿਚਨ ਨੂੰ ਜਿਹੜਾ ਦੁਬਾਰਾ ਪੋਚਾ ਜਿਹੜੇ ਨਾ ਲਾ ਲੈਣਾ, ਇਸੇ ਤਰੀਕੇ ਕਰ ਜਿਹੜਾ ਸਾਰਾ ਸੈਟਅਪ ਜਿਹੜੇ ਨਾ ਠੀਕ ਕਰ ਲਵਾਂਗੇ। ਔਰ ਬੇਗਮ ਜਿਹੜੇ ਨਾ ਰੋਟੀਆਂ ਦੀ ਜਿਹੜੇ ਨਾ ਤਿਆਰੀ ਕਰ ਲਈ, ਹਾਂਜੀ ਹਾਂ ਚੱਕ ਲਵਾਂ, ਨਹੀਂ ਕੰਮ ਕਰਨ ਲੱਗਾ ਲਈ ਮਸ ਨਿਜਾ ਫਾਤਮਾ ਕਹਿ ਰਹੀ ਕਿ ਮੈਨੂੰ ਜਿਹੜੇ ਨਾ ਚੱਕ ਲਓ। ਔਰ ਇਹ ਮੋਟੀਆਂ ਇੱਟਾਂ ਜਿਹੀਆਂ ਜਿਹੀਆਂ ਪਹਿਲੇ ਜਿਹੜੇ ਨਰੋੜੇ ਨੂੰ ਚੱਕ ਲੈ ਜਾਂਦੇ ਹਾਂ। ਪੂਰੇ ਸਾਈਡ ਵਾਲੀ ਜੋੜਾਂਗੇ ਨਾ, ਤਾਂ ਕਿ ਪਰਲੀ ਸਾਈਡ ਤੇ ਜਿਹੜੀ ਨਾ ਮਿੱਟੀ ਨਹੀਂ ਜਾਵੇਗੀ। ਜਿਵੇਂ ਵਿੱਚੋਂ ਵੱਡੇ ਇੱਟਾਂ ਨਿਕਲਦੀਆਂ ਜਾਵਣਗੀਆਂ ਉੱਥੇ ਜੋੜੀ ਜਾਵਾਂਗੇ। ਔਰ ਦੁਕਾਨ ਤੇ ਜਿਹੜਾ ਨੁਮਾਨ ਬੈਠਾ ਕਸਟਮਰ ਕੋਈ ਆਵੇਗਾ ਤਾਂ ਮੈਨੂੰ ਆਵਾਜ਼ ਮਾਰ ਦੇਵੇਗਾ। ਰੇੜੀ ਦੇ ਵਿੱਚ ਪਾ ਕੇ ਨਹੀਂ ਲੈਣ ਦੇਣ, ਟੁੱਟ ਜਾਵੇ ਨਾ।
ਰੇੜੀ ਜਿਹੜੀ ਅੱਗੋਂ ਜਿਹੜੀ ਟੁੱਟੀ ਹੋਈ ਨਾ ਉਹਦੀ ਵਜ੍ਹਾ ਤੋਂ ਮਿੱਟੀ ਜਿਹੜੀ ਨੜ ਜਾਂਦੀ ਆ। ਲੈ ਕੇ ਚਲੀ ਜਾਵੇਂਗੀ ਹੈਂ? ਜ਼ਿਆਦਾ ਟਾਈਮ ਲੱਗ ਜਾਂਦਾ ਤੇ ਰੇਹੜੀ ਨੇ ਚੋਣ ਨਬੇੜੇ ਹੋ ਜਾਂਦੇ। ਚਲੋ ਇੱਕ ਚੱਕਰ 5-6 ਮਿੰਟ ਲੱਗ ਜਾਂਦਾ ਮਿੱਟੀ ਤੇ ਆ ਜਾਂਦੇ।
ਦਿਲ ਤਾਂ ਮੇਰੀ ਹੈ ਵੀ ਤੰਦੂਰਾਂ ਦੀ ਮਿੱਟੀ ਨਾ ਕੁੱਟਾਂ, ਇਹ ਸ਼ਾਮ ਤੀਕਰ ਜੇ ਇਹਨਾਂ ਸਾਰੇ ਸੱਟ ਲਵਾਂ ਮਿੱਟੀ ਹੈ ਕਾਫੀ ਸਾਰੀ, ਦੋ ਰੇੜੇ ਤਕਰੀਬਨ ਜੇ ਇਹਨਾਂ ਹੋਰ ਪਏ ਨੇ। ਜਾ ਫਾਤਮਾ ਪਰ ਅੜ ਜਾ, ਉਹ ਦੁਆ ਕਰਿਆ ਸ਼ਾਮ ਦੀ ਸਟੀ ਜਾਵੇ ਤੇ ਘਰ ਬੜਾ VIP ਹੋ ਜਾਣਾ। ਕਿਉਂਕਿ ਮੰਜੇ ਜਿਹੜੇ ਥੋੜਾ ਸ਼ਾਮ ਨੂੰ ਇੱਥੇ ਜਿਹੜੇ ਪਾ ਲਿਆ ਕਰਾਂਗੇ, ਉੱਥੇ ਤਾਂ ਜਿਹੜੀ ਹਵਾ ਹੀ ਕੋਈ ਨਹੀਂ ਲੱਗਦੀ, ਹਵਸ ਵਗੈਰਾ ਬਣੀ ਰਹਿੰਦੀ, ਆਹ ਖੁੱਲੀ ਜਗ੍ਹਾ ਥੋੜਾ ਮੰਜੇ ਇੱਥੇ ਪਾ ਲਿਆ ਕਰਾਂਗੇ ਸ਼ਾਮ ਨੂੰ। ਮੈਂ ਵੀ ਹੁਣ ਜਾਣਾ ਕਰਨ ਲੱਗਿਆ ਛੁੱਟੀ, ਕਿਉਂਕਿ ਹਨੇਰਾ ਹੋਇਆ ਖੋਤਾ ਥੋੜਾ ਜਿਹਾ, ਮੈਂ ਕਿ ਜਾਣ ਵਿੱਚ ਕੋਈ ਸੱਪ ਜਾਂ ਕੋਈ ਕੀੜਾ ਪਤੰਗਾ ਇਹੋ ਜਿਹੀ ਚੀਜ਼ ਨਾ ਨਿਕਲ ਆਵੇ। ਸਵੇਰੇ ਜਾਣਾ ਮੈਂ ਫਸਟ ਟਾਈਮ ਜਾਣਾ, ਬਾਕੀ ਦੀ ਮਿੱਟੀ ਜਾਣਾ ਸੱਟ ਲਵਾਂਗੇ। ਹੁਣ ਜੇ ਛੁੱਟੀ ਕਰਨੇ, ਕਿਉਂਕਿ ਤਕਰੀਬਨ 10-25 ਰੇੜੀਆਂ ਜਿਹੜੀਆਂ ਹੋਰ ਬਣਨਗੀਆਂ ਸਵੇਰੇ ਜਾਣਾ ਫਸਟ ਟਾਈਮ ਹੀ ਇਨਸ਼ਾਲਾ ਜਾਣਾ ਦੁਕਾਨ ਖੋਲ੍ਹ ਕੇ ਨੁਮਾਨ ਬਿਠਾ ਦੇਵਾਂਗੇ ਅਤੇ ਇਹ ਜਾਣਾ ਸ਼ੁਰੂ ਨੁਮਾਨ ਦਾ ਸੁਬਹ ਜਾਣਾ ਇਨਸ਼ਾਲਾ ਜਾਣਾ ਉਮੀਦ ਤੱਕ ਟਿਊਸ਼ਨ ਵੀ ਜਾਣਾ ਸ਼ੁਰੂ ਹੋ ਜਾਵੇਗਾ। ਸਮਾਂ ਲੱਗ ਛੁੱਟੀਆਂ ਹੋਈਆਂ ਹਫ਼ਤਾ ਹੋ ਗਿਆ, ਨੁਮਾਨ ਦਾ ਟਿਊਸ਼ਨ ਜਾਣਾ ਕੋਈ ਨਹੀਂ ਲੱਗਿਆ, ਉਹਦੀ ਵਜ੍ਹਾ ਤੋਂ ਕਾਫੀ ਪਰੇਸ਼ਾਨੀ ਆਈ ਅਤੇ ਲੇਕਿਨ ਕੋਈ ਨਹੀਂ ਇਨਸ਼ਾਲਾ ਜਾਣਾ ਸਵੇਰੇ ਜਾਣਾ ਨੁਮਾਨ ਦਾ ਟਿਊਸ਼ਨ ਹਰ ਹਾਲ ਹੀ ਜਾਣਾ ਸ਼ੁਰੂ ਹੋ ਜਾਵੇਗਾ। ਔਰ ਆ ਪਿੱਛੇ ਜਾਣਾ ਕਰ ਦੇਣਾ ਮਿੱਟੀ, ਮੈਂ ਅਖਬਾਰਾਂ 'ਚ ਵੀ ਜਾਣੀ ਸ਼ਾਮ ਨੂੰ ਆ ਸਕਦੀ ਹਾਂ, ਇੱਥੇ ਚਿੱਕੜ ਵਗੈਰਾ ਬਣ ਜਾਵੇਗਾ। ਬਾਰਾਂ 'ਚ ਨਾਨ ਦੀ ਮੈਂ ਸ਼ਹਿਰ ਨਾ ਜਾਂਦਾ ਧੋਣ ਤੀਕਰ ਜਾਣਾ ਮਿੱਟੀ, ਮੈਂ ਸਾਰੇ ਜਾਣਾ ਡੋ ਲੈਣੀ ਹੈ। ਚਲੋ ਕੋਈ ਨਹੀਂ ਸਵੇਰੇ ਜਾਣਾ ਇਨਸ਼ਾਅੱਲਾ ਡੋ ਲਵਾਂਗੇ। ਹਾਂਜੀ ਤੇ ਮੈਂ ਵੀ ਬਾਹਰ ਜਾਣਾ ਦੁਕਾਨ ਤੇ ਆ ਗਿਆ, ਔਰ ਅੱਜ ਦੇ ਵਾਲਾ ਵਲੌਗ ਵੀ ਕਰ ਰਿਹਾ ਇੱਥੇ ਖਤਮ। ਇਨਸ਼ਾਅੱਲਾ ਮਿਲਣੇ ਇੱਕ ਸਨੈਕਸ ਅਤੇ ਦੱਸੇ ਵਲੌਗ ਦੇ ਵਿੱਚ। ਆਪਣਾ ਡੇਟ ਸਾਰਾ ਖਿਆਲ ਰੱਖਿਆ ਜੇ, ਦੁਆਵਾਂ 'ਚ ਯਾਦ ਰੱਖਿਆ ਜੇ, ਇਹਨਾਂ ਦੁਆਵਾਂ ਦੇ ਨਾਲ ਦਿਓ ਇਜਾਜ਼ਤ, ਅੱਲਾ ਹਾਫਿਜ਼।